ਵਿਵਸਥਾ ਸਾਰ ਅਧਿਆਇ 24। ਜਦ ਕੋਈ ਮਨੁੱਖ ਤੀਵੀ ਲੈ ਕੇ ਵਿਆਹੇ ਅਤੇ ਯੂ ਹੋਵੇ ਕਿ ਉਹ ਉਸਦੀ ਨਿਗਾਹ ਵਿੱਚ ਦਇਆ ਦੀ ਭਾਗੀ ਨਾ ਹੋਵੇ, ਇਸ ਲਈ ਪਈ ਉਸਨੇ ਉਸਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਤਾਂ ਉਹ ਤਿਆਗ ਪੱਤਰ ਲਿਖ ਕੇ ਉਹਦੇ ਹੱਥ ਦੇ ਦੇਵੇ, ਯੂੰ ਉਹਨੂੰ ਆਪਣੇ ਘਰ ਕੱਢ ਦੇਵੇ। ਜਦ ਉਹ ਉਸਦੇ ਘਰ ਤੋਂ ਨਿਕਲੀ ਤਾਂ ਉਹ ਜਾ ਕੇ ਕਿਸੇ ਹੋਰ ਮਨੁੱਖ ਦੀ ਤੀਵੀ ਹੋ ਸਕਦੀ ਹੈ। ਜੇ ਦੂਜਾ ਮਨੁੱਖ ਉਸ ਤੋਂ ਕਿਨ ਕਰੇ ਅਤੇ ਉਹਦੇ ਲਈ ਤਿਆਗ ਪੱਤਰ ਲਿਖ ਕੇ ਉਹਦੇ ਹੱਥ ਦੇ ਦੇਵੇ ਅਤੇ ਉਹਨੂੰ ਆਪਣੇ ਘਰ ਤੋਂ ਕੱਢ ਦੇਵੇ, ਅਥਵਾ ਜੇ ਦੂਜਾ ਮਨੁੱਖ ਜਿਸ ਉਹਨੂੰ ਵਿਆਹਿਆ ਸੀ ਮਰ ਜਾਵੇ ਤਾਂ ਉਹਦਾ ਪਹਿਲਾ ਮਾਲਕ ਜਿਸਨੇ ਉਹਨੂੰ ਕੱਢ ਦਿੱਤਾ ਸੀ ਉਹਨੂੰ ਆਪਣੀ ਤੀਵੀ ਬਣਾਉਣ ਲਈ, ਜਦ ਕਿ ਉਹ ਪ੍ਰਿਸ਼ਟ ਹੋ ਚੁੱਕੀ, ਫਿਰ ਨਹੀਂ ਲੈ ਸਕਦਾ, ਕਿਉਂ ਜੋ ਫਿਰ ਇਹ ਯਹੋਵਾ ਦੇ ਸਨਮੁਖ ਇੱਕ ਕਿਨਾਉਣਾ ਕੰਮ ਹੈ। ਯੂੰ ਤੁਸੀਂ ਉਸ ਧਰਤੀ ਤੋਂ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਰ ਤੁਹਾਨੂੰ ਮਿਲਕ ਵਿੱਚ ਦਿੱਤਾ ਹੈ ਪਾਪ ਨਾ ਕਰਾਓ। ਜਦ ਕੋਈ ਮਨੁੱਖ ਨਵੀਂ ਤੀਵੀ ਵਿਆਹੇ ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਗੱਲ ਦੀ ਜ਼ਿੰਮੇਵਾਰੀ ਹੋਵੇ। ਉਹ ਆਪਣੇ ਘਰ ਵਿੱਚ ਇੱਕ ਵਾਰਾ ਵੇਲਾ ਰਹੇ ਅਤੇ ਆਪਣੀ ਤੀਵੀ ਨੂੰ ਜਿਹੜੀ ਉਸਨੇ ਵਿਆਹੀ ਖੁਸ਼ ਕਰੇ। ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਉਹ ਉਸਦੀ ਜਾਨ ਨੂੰ ਗਿਰਵੀ ਰੱਖਦਾ ਹੈ। ਜੋ ਕੋਈ ਮਨੁੱਖ ਆਪਣੇ ਇਸਰਾਇਲੀ ਭਰਾਵਾਂ ਵਿੱਚੋਂ ਕਿਸੇ ਜਣੇ ਨੂੰ ਚੁਰਾਉਂਦਾ ਪਾਇਆ ਜਾਵੇ ਅਤੇ ਉਹਦੇ ਨਾਲ ਗੁਲਾਮਾਂ ਵਰਗਾ ਵਰਤਾਉ ਕਰਕੇ ਉਹਨੂੰ ਵੇਚੇ ਤਾਂ ਉਹ ਚੋਰ ਮਾਰਿਆ ਜਾਵੇ। ਯੂੰ ਤੁਸੀਂ ਇਹ ਬੁਰੀਆਈ ਆਪਣੇ ਵਿੱਚੋਂ ਕੱਢ ਸੁੱਟਿਓ। ਕੋੜ ਦੀ ਬਵਾ ਵਿੱਚ ਚੌਕਸ ਰਹੋ ਅਤੇ ਤੁਸੀਂ ਪੂਰੀ ਤਰ੍ਹਾਂ ਸਭ ਕੁਛ ਕਰੋ ਜਿਵੇਂ ਲੇਵੀ ਜਾਜਕ ਤੁਹਾਨੂੰ ਦੱਸਣ, ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਤੁਸੀਂ ਪੂਰਾ ਕਰਕੇ ਮੰਨਿਓ। ਯਾਦ ਰੱਖੋ, ਜੋ ਕੁਛ ਯਹੋਵਾ ਤੁਹਾਡੇ ਪਰਮੇਸ਼ਰ ਨੇ ਮਿਰੀਅਮ ਦੇ ਨਾਲ ਕੀਤਾ ਜਦੋਂ ਤੁਸੀਂ ਮਿਸਰ ਤੋਂ ਨਿਕਲਦੇ ਹੋਏ ਰਾਹ ਵਿੱਚ ਸਾਓ। ਜਦ ਤੁਸੀਂ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇ ਤਾਂ ਤੂੰ ਉਸ ਘਰ ਵਿੱਚ ਗਿਰਵੀ ਚੀਜ਼ ਨਾ ਲੈਣ ਲਈ ਵੜੀ, ਤੂੰ ਬਾਹਰ ਹੀ ਖੜਾ ਰਹੋ ਅਤੇ ਉਹ ਮਨੁੱਖ ਜਿਸ ਨੂੰ ਤੂੰ ਉਧਾਰ ਦਿੱਤਾ ਹੈ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੀ। ਜੇ ਉਹ ਮਨੁੱਖ ਕੰਗਾਲ ਹੋਵੇ ਤਾਂ ਤੂੰ ਉਸ ਗਿਰਵੀ ਚੀਜ਼ ਵਿੱਚ ਸੋ ਨਾ ਜਾਵੀ। ਜਦ ਸੂਰਜ ਡੁੱਬ ਜਾਵੇ ਤੂੰ ਜ਼ਰੂਰ ਉਹ ਗਿਰਵੀ ਚੀਜ਼ ਉਸ ਨੂੰ ਮੋੜ ਦੇਵੀ ਤਾਂ ਜੋ ਉਹ ਆਪਣੇ ਲੀੜੇ ਵਿੱਚ ਸੋਵੇ ਅਤੇ ਤੈਨੂੰ ਆਸੀਸ ਦੇਵੇ ਅਤੇ ਇਹ ਯਹੋਵਾ ਤੇਰੇ ਪਰਮੇਸ਼ਰ ਦੇ ਸਨਮੁਖ ਤੇਰੇ ਧਰਮ ਲਈ ਗਿਣਿਆ ਜਾਵੇ। ਤੂੰ ਮਜ਼ਦੂਰ ਉੱਤੇ ਹੱਤਿਆ ਨਾ ਕਰ ਜਿਹੜਾ ਕੰਗਾਲ ਅਤੇ ਮੁਥਾਜ ਹੈ, ਭਾਵੇਂ ਉਹ ਤੇਰੇ ਭਰਾਵਾਂ ਵਿੱਚੋਂ ਭਾਵੇਂ ਪਰਦੇਸੀਆਂ ਵਿੱਚੋਂ ਹੋਵੇ ਜਿਹੜੇ ਤੇਰੇ ਦੇਸ਼ ਵਿੱਚ ਤੇਰੇ ਫਾਟਕ ਦੇ ਅੰਦਰ ਹਨ। ਤੂੰ ਉਸਦੇ ਦਿਨ ਵਿੱਚ ਉਸਦੀ ਮਜ਼ਦੂਰੀ ਦੇ ਦੇਵੀ ਅਤੇ ਉਸ ਉੱਤੇ ਸੂਰਜ ਨਾ ਡੁੱਬੇ, ਕਿਉਂ ਜੋ ਉਹ ਕੰਗਾਲ ਹੈ ਅਤੇ ਉਸਦਾ ਦਿਲ ਉਸ ਵਿੱਚ ਹੈ ਅਤੇ ਉਹ ਯਹੋਵਾ ਅੱਗੇ ਤੇਰੇ ਵਿਰੋਧ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ। ਪਿਓ ਪੁੱਤਰਾਂ ਦੇ ਕਾਰਨ ਨਾ ਮਾਰੇ ਜਾਣ, ਨਾ ਪੁੱਤਰ ਪੇਵਾਂ ਦੇ ਕਾਰਨ ਮਾਰੇ ਜਾਣ, ਹਰ ਮਨੁੱਖ ਆਪਣੇ ਹੀ ਪਾਪ ਲਈ ਮਾਰਿਆ ਜਾਵੇ। ਤੂੰ ਪਰਦੇਸੀ ਅਤੇ ਯਤੀਮ ਦਾ ਨਿਆਂ ਨਾ ਵਿਗਾੜੀ, ਨਾ ਕਿਸੇ ਵਿਧਵਾ ਦਾ ਲੀੜਾ ਗਿਰਵੀ ਰੱਖੀ।
ਕਿ ਤੂੰ ਚੇਤੇ ਰੱਖ ਕਿ ਤੂੰ ਮਿਸਰ ਵਿੱਚ ਗੁਲਾਮ ਸੈਂ ਅਤੇ ਯਹੋਵਾ ਤੇਰੇ ਪਰਮੇਸ਼ਰ ਨੇ ਤੈਨੂੰ ਉੱਤੋਂ ਛੁਟਕਾਰਾ ਦਿੱਤਾ। ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀ। ਜਦੋਂ ਤੂੰ ਆਪਣੀ ਪੈਲੀ ਵਿੱਚੋਂ ਫਜ਼ਲ ਵੱਟੇ ਅਤੇ ਤੂੰ ਕੋਈ ਉੱਤੇ ਲਾਂਘਾ ਭੁੱਲ ਜਾਵੇ ਤਾਂ ਤੂੰ ਉਸਦੇ ਲੇਨ ਨੂੰ ਨਾ ਮੁੜੀ। ਉਹ ਪਰਦੇਸੀ ਯਤੀਮ ਅਤੇ ਵਿਧਵਾ ਲਈ ਹੋਵੇਗਾ ਤਾਂ ਜੋ ਯਹੋਵਾ ਤੇਰਾ ਪਰਮੇਸ਼ਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ। ਜਦ ਤੂੰ ਆਪਣੇ ਜੈਤੂਨ ਦੇ ਬਿਰਜ ਨੂੰ ਛਾੜੇ ਤਾਂ ਤੂੰ ਮਗਰੋਂ ਉਸ ਦੀਆਂ ਟਹਿਣੀਆਂ ਨੂੰ ਨਾ ਛਾੜੀ, ਸਗੋਂ ਉਹ ਪਰਦੇਸੀ ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀ। ਜਦ ਤੂੰ ਆਪਣੇ ਬਾਗ ਦੇ ਅੰਗੂਰ ਇਕੱਠੇ ਕਰੇ ਤਾਂ ਮਗਰੋਂ ਉਸਦੇ ਸਾਰੇ ਗੁੱਜੇ ਨਾ ਤੋੜੀ, ਉਹ ਪਰਦੇਸੀ ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀ। ਚੇਤੇ ਰੱਖੀ ਕਿ ਤੂੰ ਮਿਸਰ ਦੇਸ਼ ਵਿੱਚ ਗੁਲਾਮ ਸੈ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਭਾਈ ਤੂੰ ਇਹ ਕੰਮ ਕਰੀ। ਇਤਿਹਾਸ ਦੀ ਪਹਿਲੀ ਪੋਥੀ ਅਧਿਆਇ 25 ਅਤੇ ਦਾਊਦ ਦੇ ਸੈਨਾਪਤੀਆਂ ਨੇ ਆਸਾਫ ਔਰ ਯੇਮਾਨ ਔਰ ਯਤੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਅੱਡ ਰੱਖਿਆ ਕਿ ਉਹ ਬਰਬਤਾਂ ਸਿਤਾਰਾਂ ਤੇ ਚੈਨੀਆਂ ਨਾਲ ਨਭੂਵਤ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਹਨਾਂ ਦੀ ਸੇਵਾ ਅਨੁਸਾਰ ਇਹ ਸੀ। ਆਸਾਫ ਦੇ ਪੁੱਤਰਾਂ ਵਿੱਚੋਂ ਜ਼ਕੂਰ ਤੇ ਯੂਸੁਫ ਤੇ ਨਥਨੀਆ ਤੇ ਅਸਰੇ ਆਸਾਫ ਦੇ ਪੁੱਤਰ। ਉਹ ਆਸਾਫ ਦੇ ਮੁਤੀ ਸਨ ਜਿਹੜਾ ਪਾਦਸ਼ਾਹ ਦੇ ਹੁਕਮ ਅਨੁਸਾਰ ਨਬੂਵਤ ਕਰਦਾ ਸੀ। ਯਤੂਨ ਤੋਂ ਯਤੂਨ ਦੇ ਪੁੱਤਰ ਗਦਾਲੀਆ ਤੇ ਸਰੀ ਤੇ ਯਸੁਆਯਾ, ਯਸਬਯਾ ਤੇ ਮਤਿਥਿਆ ਚੇ ਆਪਣੇ ਪਿਤਾ ਯਦਥੂਨ ਦੇ ਮੁਥੀ ਸਨ ਜਿਹੜਾ ਬਰਬਤ ਨਾਲ ਯਹੋਵਾ ਦਾ ਧੰਨਵਾਦ ਤੇ ਉਸਤਤ ਕਰਕੇ ਨਪੁਵਤ ਕਰਦਾ ਸੀ। ਹੇਮਾਨ ਤੋਂ ਯੇਮਾਨ ਦੇ ਪੁੱਤਰ ਬੁਖਿਆ, ਮਥਨੀਆ, ਉਜ਼ੀਏਲ, ਜ਼ਬੂਏ, ਯਰੀਮੋਤ, ਹਨਨੀਆ, ਹਨਾਨੀ, ਅਲੀਆਥਾ, ਗਦਲਤੀ ਤੇ ਰੋਮ ਮਤੀ, ਅਜ਼ਰ, ਯਸਬ, ਕਾਸ਼ਾ, ਮਲੋਤੀ, ਕੋਥੀਰ ਤੇ ਮਹਿਜ਼ੀਓਤ, ਇਹ ਸਭੇ ਪਾਦਸ਼ਾਹ ਦੇ ਅਗਮ ਗਿਆਨੀ ਹੇਮਾਨ ਦੇ ਪੁੱਤਰ ਸਨ ਜਿਹੜਾ ਨਰਸਿੰਘਾ ਫੂਕਦੀਆਂ ਹੋਈਆਂ ਪਰਮੇਸ਼ਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ਰ ਨੇ ਹੇਮਾਨ ਨੂੰ 14 ਪੁੱਤਰ ਤੇ 3 ਧੀਆਂ ਦਿੱਤੇ। ਇਹ ਸਭੇ ਆਪਣੇ ਪਿਤਾ ਦੇ ਮੁਤੀ ਸਨ ਕਿ ਯਹੋਵਾ ਦੇ ਭਵਨ ਵਿੱਚ ਚੈਨੀਆਂ ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ਰ ਦੇ ਭਵਨ ਦੀ ਉਪਾਸਨਾ ਕਰਨ, ਜਿਵੇਂ ਪਾਦਸ਼ਾਹ ਦਾ ਹੁਕਮ ਆਸਾਫ ਤੇ ਯਦੂਥੂਨ ਤੇ ਯੇਮਾਨ ਨੂੰ ਹੁੰਦਾ ਸੀ, ਅਤੇ ਉਹਨਾਂ ਦੀ ਗਿਣਤੀ ਉਹਨਾਂ ਦੇ ਭਰਾਵਾਂ ਸਨੇ ਜਿਹੜੇ ਯਹੋਵਾ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ, ਅਰਥਾਤ ਸਭੇ ਜਿਹੜੇ ਸਿਆਣੇ ਸਨ 288 ਸਨ, ਅਤੇ ਉਹਨਾਂ ਸਭਨਾਂ ਨੇ ਕਿ ਨਿੱਕੇ ਕੀ ਵੱਡੇ ਕੀ ਗੁਰੂ ਕੀ ਚੇਲੇ ਸਭ ਨੇ ਇੱਕੋ ਜਿਹਾ ਆਪਣੀਆਂ ਜ਼ਿੰਮੇਵਾਰੀਆਂ ਲਈ ਗੁਣਾ ਪਾਇਆ। ਪਹਿਲਾ ਗੁਣਾ ਆਸਾਫ ਲਈ ਯੂਸੁਫ ਦਾ ਨਿਕਲਿਆ, ਦੂਜਾ ਗਦਲਿਆ ਦਾ, ਉਹ ਤੇ ਉਹਦੇ ਭਰਾ ਤੇ ਪੁੱਤਰ 12 ਜਣੇ ਸਨ, ਤੀਜਾ ਜ਼ਕੂਰ ਦਾ, ਉਹਦੇ ਪੁੱਤਰ ਤੇ ਭਰਾ 12 ਸਨ, ਚੌਥਾ ਯਸਰੀ ਦਾ, ਉਹਦੇ ਪੁੱਤਰ ਤੇ ਭਰਾ 12 ਸਨ, ਪੰਜਵਾਂ ਨਥਨੀਆ ਦਾ, ਉਹਦੇ ਪੁੱਤਰ ਤੇ ਭਰਾ 12 ਸਨ, ਛੇਵਾਂ ਬੁਖਿਆ ਦਾ, ਉਹਦੇ ਪੁੱਤਰ ਤੇ ਭਰਾ 12 ਸਨ, ਸੱਤਵਾਂ ਯਸਰੇਲਾ ਦਾ, ਉਹਦੇ ਪੁੱਤਰ ਤੇ ਭਰਾਵਾਂ 12 ਸਨ,
ਅੱਠਵਾਂ ਯਸਾਯਾਹ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਨੌਵਾਂ ਮਤਨੀਆ ਦਾ ਉਹਦੇ ਪੁੱਤਰ ਤੇ ਭਰਾਵਾਂ ਬਾਰਾ ਸਨ, ਦਸਵਾਂ ਸਿਮੇਈ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਗਿਆਰਵਾਂ ਅਸਰੇਲ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਬਾਰਵਾਂ ਹਸਬੀਆ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਤੇਰਵਾਂ ਸੁਬਿਆਲ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਚੌਦਵਾਂ ਮਤਿਥੀਆ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਪੰਦਰਵਾਂ ਯਰੋਮੋਤ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਸੋਲਵਾਂ ਹਨਨੀਆ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਸਤਾਰਵਾਂ ਯਸਬ ਖਾਸ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਅਠਾਰਵਾਂ ਹਨਾਨੀ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਉੱਨੀਵਾਂ ਮਲੋਤੀ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਵੀਹਵਾਂ ਅਲੀਆਤਾ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਇੱਕਵੀਆਂ ਹੋਤੀਰ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਬਾਈਵਾਂ ਗਿਦਲਤੀ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਤੇਈਵਾਂ ਮਹਿਜੀਓਤ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ, ਚੌਵੀਵਾਂ ਰੋਮਤੀ ਅਜ਼ਰ ਦਾ ਉਹਦੇ ਪੁੱਤਰ ਤੇ ਭਰਾ ਬਾਰਾ ਸਨ। ਨਹਿਮੀਆ ਅਧਿਆਇ ਚਾਰ। ਤਾਂ ਯੂ ਹੋਇਆ ਕਿ ਜਦ ਸਨਬਲਤ ਨੇ ਸੁਣਿਆ ਕਿ ਅਸੀਂ ਕੰਧੂ ਨੂੰ ਬਣਾਉਂਦੇ ਹਾਂ, ਤਾਂ ਉਹਨੂੰ ਗੁੱਸਾ ਚੜਿਆ ਅਤੇ ਬਹੁਤ ਨਾਰਾਜ਼ ਹੋਇਆ ਅਤੇ ਯਹੂਦੀਆਂ ਨੂੰ ਟੱਟੇ ਕੀਤੇ ਅਤੇ ਉਹਨੇ ਆਪਣੇ ਭਰਾਵਾਂ ਅਤੇ ਸਮਰੀਆ ਦੇ ਲਸਕਰ ਦੇ ਅੱਗੇ ਆਖਿਆ ਕਿ ਇਹ ਕੁੱਟੇ ਹੋਏ ਯਹੂਦੀ ਕੀ ਕਰਦੇ ਹਨ, ਕਿ ਉਹ ਆਪਣੇ ਲਈ ਮੋਰਚੇ ਬਣਾ ਰਹੇ ਹਨ, ਕਿ ਉਹ ਬਲਿ ਚੜਾਉਣਗੇ, ਕਿ ਉਹ ਇੱਕੋ ਹੀ ਦਿਨ ਸਭ ਕੁਛ ਬਣਾ ਲੈਣਗੇ, ਕਿ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਡੇਰਾ ਵਿੱਚੋਂ ਚੁਗ ਕੇ ਫਿਰ ਨਵੇਂ ਬਣਾ ਲੈਣਗੇ। ਤਾਂ ਚੋਬੀਆ ਅਮੋਨੀ ਨੇ ਜਿਹੜਾ ਉਹਦੇ ਕੋਲ ਸੀ ਆਖਿਆ ਕਿ ਇਹ ਜੋ ਬਣਾਉਂਦੇ ਹਨ, ਜੇ ਇੱਕ ਲੂਮੜੀ ਇਹਦੇ ਉੱਤੇ ਚੜ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾ ਦੇਵੇਗੀ। ਹੇ ਸਾਡੇ ਪਰਮੇਸ਼ਰ, ਸਾਡੀ ਸੁਣ, ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ, ਇਸ ਨਿੰਦਿਆ ਨੂੰ ਮੁੜ ਉਹਨਾਂ ਦੇ ਸਿਰ ਉੱਤੇ ਪਾ ਅਤੇ ਅਸੀਰੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਅਤੇ ਉਹਨਾਂ ਦੀ ਬੁਰੀਆਈ ਨੂੰ ਨਾ ਟੱਕ ਅਤੇ ਉਹਨਾਂ ਦੇ ਪਾਪ ਨੂੰ ਆਪਣੇ ਅੱਗੋਂ ਨਾ ਮਿਟਾ, ਕਿਉਂ ਜੋ ਉਹਨਾਂ ਨੇ ਤੇਰੇ ਕਹਿਰ ਨੂੰ ਕਾਰੀ ਰਗਾਂ ਦੇ ਅੱਗੇ ਪੜਖਾਇਆ ਹੈ। ਸੋ ਅਸੀਂ ਕੰਧ ਬਣਾਉਂਦੇ ਗਏ ਅਤੇ ਸਾਰੇ ਕੰਧ ਅੱਧ ਤਿਕ ਜੋੜੀ ਗਈ, ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ। ਤਾਂ ਯੂ ਹੋਇਆ ਕਿ ਸਨਬਲਤ, ਟੋਬੀਆ, ਅਰਬੀਆਂ, ਅਮੋਨੀਆਂ ਅਤੇ ਅਸਦੋਦੀਆਂ ਨੇ ਸੁਣਿਆ ਕਿ ਯਰੂਸ਼ਲੇਮ ਦੀਆਂ ਕੰਧਾਂ ਦੀ ਮੁਰਾਮਤ ਹੁੰਦੀ ਜਾਂਦੀ ਹੈ ਅਤੇ ਉਹਨਾਂ ਦੇ ਕੱਪੇ ਮਿਲਦੇ ਜਾਂਦੇ ਹਨ, ਤਾਂ ਉਹ ਬਹੁਤ ਸੜ ਪੁੱਜ ਗਏ। ਤਾਂ ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਮਤਾ ਪਕਾਇਆ ਕਿ ਆਵੋ ਯਰੂਸ਼ਲੇਮ ਨਾਲ ਲੜੀਏ ਅਤੇ ਉਹਦੇ ਕੰਮਾਂ ਵਿੱਚ ਤਾਂਦਲ ਪਾ ਦੇਈਏ। ਪਰ ਅਸੀਂ ਆਪਣੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਰਹੇ ਅਤੇ ਉਹਨਾਂ ਦੇ ਕਾਰਨ ਆਪਣੇ ਲਈ ਦਿਨ ਰਾਤ ਉਹਨਾਂ ਦੇ ਵਿਰੋਧ ਪਹਿਰਾ ਖੜਾ ਕੀਤਾ। ਤਾਂ ਯਹੂਦਾ ਨੇ ਆਖਿਆ ਕਿ ਪਾਰ ਚੁੱਕਣ ਵਾਲਿਆਂ ਦਾ ਬਲ ਘਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਅਸੀਂ ਕੰਧ ਨੂੰ ਬਣਾ ਨਹੀਂ ਸਕਦੇ। ਅਤੇ ਸਾਡੇ ਵਿਰੋਧੀਆਂ ਨੇ ਆਖਿਆ, ਜਦ ਤੱਕ ਅਸੀਂ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਢ ਨਾ ਸੁੱਟੀਏ ਅਤੇ ਉਹਨਾਂ ਦੇ ਕੰਮ ਨੂੰ ਟੱਕ ਨਾ ਦੇਈਏ, ਤਦ
ਜਦ ਤੱਕ ਉਹ ਨਾ ਜਾਣਨਗੇ ਅਤੇ ਨਾ ਵੇਖਣਗੇ ਤਾਂ ਯੂੰ ਹੋਇਆ ਜਦ ਉਹ ਯਹੂਦੀ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਸਦੇ ਸਨ ਆਏ ਤਾਂ ਉਹਨਾਂ ਨੇ ਆ ਕੇ ਸਾਨੂੰ 10 ਵਾਰ ਆਖਿਆ ਉਹ ਸਾਰੀਆਂ ਤਾਵਾਂ ਵਿੱਚੋਂ ਸਾਡੇ ਉੱਤੇ ਚੜ ਆਉਣਗੇ, ਇਸ ਲਈ ਮੈਂ ਨੀਵੀਆਂ ਤਾਵਾਂ ਵਿੱਚ ਕੰਧ ਦੇ ਪਿੱਛੇ ਖੁੱਲੀਆਂ ਤਾਵਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਟੱਬਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਆਪਣੀਆਂ ਬਰਛੀਆਂ ਅਤੇ ਆਪਣੀਆਂ ਕਮਾਨਾਂ ਨਾਲ ਕੜੇ ਕੀਤਾ। ਮੈਂ ਵੇਖਿਆ ਅਤੇ ਉੱਟਿਆ ਅਤੇ ਉਹਨਾਂ ਸਰੀਫਾਂ ਅਤੇ ਰਈਸਾਂ ਅਤੇ ਬਾਕੀ ਲੋਕਾਂ ਨੂੰ ਆਖਿਆ, ਉਹਨਾਂ ਕੋਲੋਂ ਨਾ ਡਰੋ, ਪ੍ਰਭੂ ਨੂੰ ਜਿਹੜਾ ਵੱਡਾ ਅਤੇ ਪੈਦਾਇਕ ਹੈ ਯਾਦ ਰੱਖੋ ਅਤੇ ਆਪਣੇ ਭਰਾਵਾਂ ਲਈ ਅਤੇ ਆਪਣੀਆਂ ਪੁੱਤਰਾਂ ਲਈ, ਆਪਣੀਆਂ ਧੀਆਂ ਲਈ, ਆਪਣੀਆਂ ਤੀਵੀਆਂ ਲਈ ਅਤੇ ਆਪਣੀਆਂ ਘਰਾਂ ਲਈ ਲੜੋ। ਤਾਂ ਯੂੰ ਹੋਇਆ ਕਿ ਜਦ ਸਾਡੇ ਵੇਰੀਆਂ ਨੇ ਸੁਣੀਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਅਤੇ ਪਰਮੇਸ਼ਰ ਨੇ ਉਹਨਾਂ ਦੇ ਮੱਤੇ ਨੂੰ ਤੁੱਝ ਕਰ ਦਿੱਤਾ, ਤਦ ਅਸੀਂ ਸਾਰੇ ਦੇ ਸਾਰੇ ਕੰਧ ਵੱਲ ਮੁੜ ਆਏ ਅਤੇ ਹਰ ਮਨੁੱਖ ਆਪਣੇ ਕੰਮ ਨੂੰ ਗਿਆ। ਤਾਂ ਯੂੰ ਹੋਇਆ ਕਿ ਉਸ ਦਿਨ ਤੋਂ ਅੱਗੇ ਨੂੰ ਮੇਰੇ ਅੱਧੇ ਜਵਾਨ ਕੰਮ ਉੱਤੇ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ ਅਤੇ ਡਾਲਾਂ ਅਤੇ ਕਮਾਨਾ ਲੈ ਕੇ ਅਤੇ ਸੰਜੋਇਆ ਪਾ ਕੇ ਅਤੇ ਸਰਦਾਰ ਯਹੂਦਾ ਦੇ ਸਾਰੇ ਘਰਾਣੇ ਦੇ ਪਿੱਛੇ ਪਿੱਛੇ ਸਨ। ਉਹ ਜਿਹੜੇ ਕੰਧ ਬਣਾਉਂਦੇ ਸਨ ਅਤੇ ਉਹ ਜਿਹੜੇ ਪਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਸ਼ਸਤਰ ਫੜਦੇ ਸਨ, ਅਤੇ ਬਣਾਉਣ ਵਾਲੇ ਮਨੁੱਖ ਆਪਣੇ ਕਮਰ ਕਸਿਆ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ ਅਤੇ ਨਰਸਿੰਘੇ ਦਾ ਫੂਕਣ ਵਾਲਾ ਮੇਰੇ ਕੋਲ ਸੀ। ਤਾਂ ਮੈਂ ਸਰੀਫਾਂ ਅਤੇ ਰਈਸਾਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ ਕਿ ਕੰਮ ਬਹੁਤ ਅਤੇ ਫੈਲਿਆ ਹੋਇਆ ਹੈ ਤੇ ਅਸੀਂ ਕੰਧ ਉੱਤੇ ਖਿਲਰੇ ਹੋਏ ਹਾਂ ਅਤੇ ਇੱਕ ਦੂਸਰੇ ਤੋਂ ਦੂਰ ਹਾਂ। ਜਿਸ ਥਾਂ ਵਿੱਚ ਤੁਸੀਂ ਨਰਸਿੰਘੇ ਦੀ ਆਵਾਜ਼ ਨੂੰ ਸੁਣੋ, ਉਧਰ ਹੀ ਸਾਡੇ ਕੋਲ ਇਕੱਠੇ ਹੋ ਜਾਓ, ਸਾਡਾ ਪਰਮੇਸ਼ਰ ਸਾਡੇ ਲਈ ਲੜੇਗਾ। ਅਸੀਂ ਕੰਮ ਕਰਦੇ ਗਏ, ਅੱਧੇ ਉਹਨਾਂ ਵਿੱਚੋਂ ਸੂਰਜ ਚੜਨ ਤੋਂ ਤਾਰਿਆਂ ਦੇ ਵਿਕਾਏ ਦੇਣ ਤੱਕ ਬਰਜੀਆਂ ਨੂੰ ਤੰਮੀ ਰੱਖਦੇ ਸਨ। ਨਾਲੇ ਮੈਂ ਉਸ ਵੇਲੇ ਲੋਕਾਂ ਨੂੰ ਆਖਿਆ, ਹਰ ਮਨੁੱਖ ਆਪਣੇ ਜਾਨ ਸਨੇ ਯਰੂਸ਼ਲੇਮ ਵਿੱਚ ਰਾਤ ਕੱਟੇ ਤਾਂ ਜੋ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ। ਸੋ ਨਾ ਮੈਂ ਕਦੀ ਕੱਪੜੇ ਲਾਹੇ, ਨਾ ਮੇਰੇ ਭਰਾਵਾਂ, ਨਾ ਮੇਰੇ ਜਵਾਨਾਂ ਅਤੇ ਨਾ ਉਹਨਾਂ ਲੋਕਾਂ ਨੇ ਜਿਹੜੇ ਰਾਖੀ ਲਈ ਮੇਰੇ ਨਾਲ ਸਨ, ਸਗੋਂ ਹਰ ਮਨੁੱਖ ਪਾਣੀ ਲੈਣ ਲਈ ਆਪਣਾ ਸ਼ਸਤਰ ਨਾਲ ਰੱਖਦਾ ਸੀ। ਨਹਿਮੀਆ ਅਧਿਆਇ 5। ਤਦ ਲੋਕਾਂ ਅਤੇ ਉਹਨਾਂ ਦੀਆਂ ਤੀਵੀਆਂ ਵੱਲੋਂ ਉਹਨਾਂ ਦੀ ਯਹੂਦੀ ਭਰਾਵਾਂ ਦੇ ਵਿਰੋਧ ਇੱਕ ਵੱਡੀ ਦੁਹਾਈ ਮੱਚ ਗਈ ਅਤੇ ਕਈ ਸਨ ਜਿਹੜੇ ਕਹਿੰਦੇ ਸਨ ਕਿ ਸਾਡੇ ਪੁੱਤਰ, ਸਾਡੀਆਂ ਧੀਆਂ ਅਤੇ ਅਸੀਂ ਬਹੁਤ ਸਾਰੇ ਹਾਂ, ਸਾਨੂੰ ਅੰਨ ਦੁਹਾਇਆ ਜਾਵੇ ਜੋ ਅਸੀਂ ਖਾ ਕੇ ਜੀ ਸਕੀਏ, ਅਤੇ ਕਈ ਸਨ ਜਿਹੜੇ ਵਿੱਚੋਂ ਕਹਿੰਦੇ ਸਨ, ਅਸੀਂ ਆਪਣੇ ਖੇਤ ਅਤੇ ਆਪਣੇ ਅੰਗੂਰੀ ਬਾਗ ਅਤੇ ਆਪਣੇ
ਕਰ ਗਿਰਵੀ ਰੱਖ ਦਿੰਦੇ ਹਾਂ ਤਾਂ ਜੋ ਅਸੀਂ ਕੱਲ ਲਈ ਅੰਨ ਲੈ ਸਕੀਏ। ਅਤੇ ਕਈ ਕਹਿੰਦੇ ਸਨ ਕਿ ਅਸਾਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਬਾਦਸ਼ਾਹ ਦੇ ਮਾਮਲੇ ਲਈ ਚਾਂਦੀ ਉਧਾਰ ਲਈ। ਹੁਣ ਸਾਡਾ ਸਰੀਰ ਸਾਡੀਆਂ ਭਰਾਵਾਂ ਦੇ ਸਰੀਰ ਵਰਗਾ ਹੈ ਅਤੇ ਸਾਡੇ ਬੱਚੇ ਉਹਨਾਂ ਦੇ ਬੱਚਿਆਂ ਵਰਗੇ ਹਨ। ਅਤੇ ਵੇਖੋ ਅਸੀਂ ਆਪਣੇ ਪੁੱਤਰ ਅਤੇ ਆਪਣੀਆਂ ਧੀਆਂ ਨੂੰ ਟਹਿਲੀਏ ਹੋਣ ਲਈ ਗੁਲਾਮੀ ਵਿੱਚ ਦਿੰਦੇ ਹਾਂ ਅਤੇ ਸਾਡੀਆਂ ਧੀਆਂ ਵਿੱਚੋਂ ਕੁਝ ਗੋਲੀਆਂ ਹੋ ਚੁੱਕੀਆਂ ਹਨ ਅਤੇ ਸਾਡਾ ਕੁਝ ਵਸ ਨਹੀਂ ਚੱਲਦਾ, ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਕੋਲ ਹਨ। ਜਦੋਂ ਮੈਂ ਉਹਨਾਂ ਦੀ ਦੁਹਾਈ ਨੂੰ ਅਤੇ ਇਹਨਾਂ ਗੱਲਾਂ ਨੂੰ ਸੁਣਿਆ ਤਦ ਮੈਨੂੰ ਵੱਡਾ ਗੁੱਸਾ ਚੜਿਆ ਅਤੇ ਮੈਂ ਆਪਣੇ ਮਨ ਵਿੱਚ ਸੋਚਿਆ ਅਤੇ ਸ਼ਰੀਫਾਂ ਅਤੇ ਰਈਸਾਂ ਨਾਲ ਝਗੜਾ ਕੀਤਾ ਅਤੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚ ਹਰ ਇੱਕ ਮਨੁੱਖ ਆਪਣੇ ਭਰਾ ਕੋਲੋਂ ਵਿਆਜ ਲੈਂਦਾ ਹੈ, ਤਾਂ ਮੈਂ ਉਹਨਾਂ ਦੇ ਵਿਰੋਧ ਇੱਕ ਵੱਡੀ ਸਭਾ ਇਕੱਠੀ ਕੀਤੀ ਅਤੇ ਮੈਂ ਉਹਨਾਂ ਨੂੰ ਆਖਿਆ ਕਿ ਅਸੀਂ ਆਪਣੇ ਵਿੱਤ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਕੇਰ ਖੋਮਾ ਦੇ ਹੱਥ ਵਿੱਚ ਗਏ ਸਨ ਚੁੜਾਇਆ। ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚ ਦਿਓਗੇ ਕਿ ਉਹ ਫਿਰ ਸਾਡੇ ਕੋਲ ਵਿਕ ਜਾਣਗੇ? ਤਦ ਉਹ ਚੁੱਪ ਹੋ ਗਏ ਅਤੇ ਕਈ ਗੱਲ ਨਾ ਆਕੀ। ਫਿਰ ਮੈਂ ਆਖਿਆ, ਜੋ ਤੁਸੀਂ ਕਰਦੇ ਹੋ ਇਹ ਚੰਗੀ ਗੱਲ ਨਹੀਂ ਕਿ ਤੁਹਾਨੂੰ ਦੁਸ਼ਮਨ ਕੌਮਾਂ ਦੇ ਕੁਫਰ ਦੇ ਕਾਰਨ ਆਪਣੇ ਪਰਮੇਸ਼ਰ ਦੇ ਪੈ ਵਿੱਚ ਨਹੀਂ ਚੱਲਣਾ ਚਾਹੀਦਾ। ਨਾਲੇ ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜਵਾਨ ਉਹਨਾਂ ਨੂੰ ਚਾਂਦੀ ਅਤੇ ਅੰਨ ਉਧਾਰ ਦੇ ਰਹੇ ਹਾਂ। ਅਸੀਂ ਇਹ ਵਿਆਜ ਛੱਡ ਦੇਈਏ। ਕਿਰਪਾ ਕਰਕੇ ਅੱਜ ਹੀ ਉਹਨਾਂ ਦੇ ਖੇਤ ਅਤੇ ਉਹਨਾਂ ਦੇ ਅੰਗੂਰੀ ਬਾਗ ਅਤੇ ਉਹਨਾਂ ਦੇ ਜੈਤੂਨ ਦੇ ਬਾਗ ਅਤੇ ਉਹਨਾਂ ਦੇ ਘਰ ਨਾਲੇ ਚਾਂਦੀ ਦਾ ਅਰ ਅੰਨ ਦਾ ਅਰ ਨਵੀਂ ਮੈਦਾ ਅਤੇ ਤੇਲ ਦਾ ਸੌਵਾਂ ਹਿੱਸਾ ਜਿਹੜਾ ਤੁਸਾਂ ਉਹਨਾਂ ਤੋਂ ਇੱਕ ਦੇ ਤੱਕੇ ਨਾਲ ਲਿਆ ਹੈ ਉਹਨਾਂ ਨੂੰ ਮੋੜ ਦਿਓ। ਤਦ ਉਹਨਾਂ ਨੇ ਆਖਿਆ, ਅਸੀਂ ਮੋੜ ਦਿਆਂਗੇ ਅਤੇ ਉਹਨਾਂ ਕੋਲੋਂ ਕੁਝ ਨਹੀਂ ਲਵਾਂਗੇ, ਅਸੀਂ ਉੱਦਾਂ ਹੀ ਕਰਾਂਗੇ ਜਿਵੇਂ ਤੁਸਾਂ ਆਖਿਆ ਹੈ। ਤਦ ਮੈਂ ਜਾਜਕਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਚੋਕਵਾਈ ਭਈ ਉਹ ਇਸ ਵਾਇਦੇ ਦੇ ਅਨੁਸਾਰ ਕਰਨ। ਨਾਲੇ ਮੈਂ ਆਪਣੇ ਪੱਲੇ ਚਾੜੇ ਅਤੇ ਆਖਿਆ, ਪਰਮੇਸ਼ਰ ਐਵੇਂ ਹੀ ਹਰ ਇੱਕ ਮਨੁੱਖ ਨੂੰ ਉਸਦੇ ਘਰ ਤੋਂ ਅਤੇ ਉਸਦੀ ਕਮਾਈ ਤੋਂ ਚਾੜ ਦੇਵੇ। ਜਿਹੜਾ ਇਸ ਵਾਇਦੇ ਉੱਤੇ ਕਾਇਮ ਨਾ ਰਹੇ ਉਹ ਐਵੇਂ ਹੀ ਚਾੜਿਆ ਜਾਵੇ ਅਤੇ ਸਕਨਾ ਕੀਤਾ ਜਾਵੇ। ਤਾਂ ਸਾਰੀ ਸਭਾ ਨੇ ਆਖਿਆ, ਆਮੀਨ, ਅਤੇ ਯਹੋਵਾ ਦੀ ਉਸਤਤ ਕੀਤੀ ਅਤੇ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ। ਨਾਲੇ ਅੱਜ ਤੋਂ ਜਦ ਤੋਂ ਮੈਂ ਯਹੂਦਾ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ ਅਰਥਾਤ ਅਰਥਹਸਤਾ ਦੇ ਰਾਜ ਦੇ 20ਵੇਂ ਵਰੇ ਤੋਂ 32ਵੇਂ ਵਰੇ ਤੱਕ ਇਹਨਾਂ 12 ਵਰਿਆਂ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮੀ ਦੀ ਰੋਟੀ ਨਾ ਖਾਧੀ, ਪਰ ਜਿਹੜੇ ਹਾਕਮ ਮੇਤੋਂ ਪਹਿਲਾਂ ਸਨ ਉਹ ਲੋਕਾਂ ਉੱਤੇ ਇੱਕ ਬੋਝ ਸਨ, ਉਹ ਉਹਨਾਂ ਤੋਂ ਰੋਟੀ ਮੈਂ ਨਾਲੇ ਚਾਂਦੀ ਦੇ 40 ਰੁਪਏ ਵੀ ਲੈਂਦੇ ਸਨ, ਸਗੋਂ ਉਹਨਾਂ ਦੇ ਜਵਾਨ ਲੋਕਾਂ ਉੱਤੇ ਹਕੂਮਤ ਕਰਦੇ ਸਨ। ਪਰ ਪਰਮੇਸ਼ਰ ਦੇ ਪੈ ਦੇ ਕਾਰਨ ਮੈਂ ਏਦਾਂ ਨਾ ਕੀਤਾ। ਨਾਲੇ ਮੈਂ ਇਸ ਕੰਧ ਦੇ ਕੰਮ ਵਿੱਚ ਤਕੜਾ
ਰਾਏ ਨਾਲ ਲੱਗਾ ਰਿਹਾ ਅਤੇ ਅਸਾਂ ਖੇਤ ਉੱਕੇ ਹੀ ਮੁੱਲ ਨਾ ਲਏ ਪਰ ਮੇਰੇ ਸਾਰੇ ਹੀ ਜਵਾਨ ਉੱਤੇ ਕੰਮ ਦੇ ਉੱਤੇ ਇਕੱਠੇ ਰਹੇ ਅਤੇ ਮੇਰੇ ਲੰਗਰ ਵਿੱਚੋਂ ਕਾਨ ਵਾਲੇ ਉਹਨਾਂ ਤੋਂ ਬਿਨਾਂ ਜਿਹੜੇ ਆਲੇ ਦੁਆਲੇ ਦੀਆਂ ਕੌਮਾਂ ਵਿੱਚੋਂ ਆਉਂਦੇ ਸਨ 150 ਯਹੂਦੀ ਅਤੇ ਸ਼ਰੀਫ ਸਨ ਜਿਹੜਾ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ ਇੱਕ ਵਹੀੜਾ ਅਤੇ 6 ਪਲੀਆਂ ਹੋਈਆਂ ਭੇਡਾਂ ਔਰ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ 10 ਦਿਨਾਂ ਵਿੱਚ ਇੱਕ ਵਾਰ ਮੈਂ ਦੀ ਹਰ ਇੱਕ ਕਿਸਮ ਦੀ ਵਾਫਰੀ ਹੁੰਦੀ ਸੀ ਇਹਨਾਂ ਸਾਰੀਆਂ ਗੱਲਾਂ ਦੇ ਹੁੰਦੀਆਂ ਵੀ ਮੈਂ ਹਾਕਮੀ ਦੀ ਰੋਟੀ ਨਾ ਚਾਹੀ ਕਿਉਂਕਿ ਇਹਨਾਂ ਲੋਕਾਂ ਉੱਤੇ ਗੁਲਾਮੀ ਦਾ ਵੱਡਾ ਭਾਰ ਸੀ ਹੇ ਮੇਰੇ ਪਰਮੇਸ਼ਰ ਮੈਨੂੰ ਚੇਤੇ ਕਰ ਉਸ ਸਾਰੀ ਪਲਿਆਈ ਲਈ ਜਿਹੜੀ ਮੈਂ ਇਹਨਾਂ ਲੋਕਾਂ ਉੱਤੇ ਕੀਤੀ ਆਮੀਨ ਆਮੀਨ ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ ਵਿਵਸਥਾ ਸਾਰ ਦੀ ਕਿਤਾਬ ਅਧਿਆਇ 26 ਇਸ ਵਿੱਚ ਨਾਨਾ ਪ੍ਰਕਾਰ ਦੀਆਂ ਨਸੀਹਤਾਂ ਨੂੰ ਮੂਸਾ ਦੇ ਰਾਹੀਂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਇਸ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਇੱਕ ਮਾਲਕ ਜੇ ਆਪਣੀ ਤੀਵੀ ਨੂੰ ਛੱਡਣਾ ਚਾਹੇ ਤਾਂ ਉਹ ਤਿਆਗ ਪੱਤਰੀ ਦੇ ਕੇ ਛੱਡ ਸਕਦਾ ਹੈ ਜਦੋਂ ਉਹ ਉਸ ਤੋਂ ਛੱਡਿਆ ਜਾਂਦੀ ਹੈ ਉਹ ਦੂਜੀ ਵਿਆਹ ਕਰ ਸਕਦੀ ਹੈ ਪਰ ਜੇ ਉਹਦਾ ਦੂਜਾ ਪਤੀ ਵੀ ਮਰ ਜਾਵੇ ਜਾਂ ਉਹ ਉਹਨੂੰ ਛੱਡ ਜਾਵੇ ਤਾਂ ਪਹਿਲਾ ਪਤੀ ਉਸਨੂੰ ਦੁਬਾਰਾ ਆਪਣੇ ਘਰ ਲੈ ਕੇ ਨਹੀਂ ਆਉਣਾ ਚਾਹੀਦਾ ਹੈ ਇਹ ਅਸ਼ੁੱਧ ਹੈ ਨਾਲੇ ਪਰਮੇਸ਼ਰ ਆਖਦਾ ਹੈ ਕਿ ਜੇ ਇੱਕ ਮਨੁੱਖ ਨਵੇਂ ਵਿਆਹ ਹੋਇਆ ਹੋਵੇ ਉਹ ਆਪਣੀ ਤੀਵੀ ਨੂੰ ਛੱਡ ਕੇ ਸੈਨਾ ਦੇ ਵਿੱਚ ਨਹੀਂ ਜਾਣਾ ਉਹ 1 ਸਾਲ ਤੱਕ ਆਪਣੀ ਤੀਵੀ ਨਾਲ ਰਹਿ ਕੇ ਉਹਦੇ ਮਨੋਰਥਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਇਸੇ ਪ੍ਰਕਾਰ ਆਖਦਾ ਹੈ ਕਿ ਜੇ ਕੋਈ ਇੱਕ ਮਨੁੱਖ ਆਪਣੇ ਹੀ ਘਰ ਵਿੱਚ ਜਾਂ ਆਪਣੇ ਹੀ ਭਰਾਵਾਂ ਦੇ ਵਿੱਚੋਂ ਜਾ ਕੇ ਆਪਣੇ ਗਰੀਬ ਹਾਲਤ ਦੇ ਕਾਰਨ ਆਪਣੇ ਚੱਕੀ ਜਾਂ ਪੁੜੂ ਨੂੰ ਕਿਰਵੀ ਰੱਖੇ ਤਾਂ ਉਹਦਾ ਭਰਾ ਉਸਨੂੰ ਕਿਰਵੀ ਦੇ ਵਿੱਚ ਨਹੀਂ ਲੈਣਾ ਨਾਲ ਉਸਨੂੰ ਅੰਨ ਦੇ ਕੇ ਸਹਾਇਤ ਕਰਨਾ ਹੈ ਜੇ ਕੋਈ ਮਨੁੱਖ ਕਿਰਵੀ ਚੀਜ਼ ਬਣ ਕੇ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਆਪਣੇ ਭਰਾ ਕੋਲ ਨਹੀਂ ਵੇਚਣਾ ਹੈ ਕਿਉਂਕਿ ਇਹ ਗੱਲ ਪਰਮੇਸ਼ਰ ਦੇ ਨਿਗਾਹ ਵਿੱਚ ਪਾਪ ਹੈ ਆਪਣੇ ਹੀ ਭਰਾ ਦੇ ਬੱਚਿਆਂ ਨੂੰ ਇਸਰਾਇਲੀ ਕਦੇ ਵੀ ਆਪਣੇ ਵਿਚਕਾਰ ਗੁਲਾਮੀ ਨਹੀਂ ਬਣਾਉਣਾ ਨਾਲੇ ਪ੍ਰਭੂ ਪਰਮੇਸ਼ਰ ਆਖਦਾ ਹੈ ਕਿ ਪਰਦੇਸੀ ਅਤੇ ਵਿਧਵਾ ਅਤੇ ਛੱਡੇ ਹੋਏ ਤਿਆਗੇ ਹੋਇਆਂ ਦੇ ਲਈ ਇਸਰਾਇਲੀ ਸਦਾ ਦਇਆ ਕਰਨਾ ਹੈ ਉਹਨਾਂ ਨਾਲ ਕਦੇ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ ਹੈ ਇਸੇ ਪ੍ਰਕਾਰ ਕਈ ਗੱਲਾਂ ਨੂੰ ਇਸ ਅਧਿਆਇ ਦੇ ਵਿੱਚ ਮੂਸਾ ਦੇ ਰਾਹੀਂ ਆਪਾਂ ਸਿੱਖਦੇ ਹਾਂ ਤਾਂ ਕਿ ਆਪਣੇ ਚਾਲ ਚਲਨ ਇੱਕ ਨਰਮ ਵਾਲੀ ਜ਼ਿੰਦਗੀ ਨੂੰ ਲੋਕਾਂ ਦੇ ਵਿਚਕਾਰ ਪ੍ਰਗਟ ਕਰ ਸਕੇ ਚਾਹੇ ਆਪਣੇ ਕੋਲ ਵੱਧ ਪੈਸਾ ਵੀ ਹੋਣ ਪਰ ਆਪਾਂ ਆਪਣੇ ਹੀ ਸਖਿਆਂ ਨਾਲ ਬਰਾਬਰੀ ਦਾ ਵਰਤਾਵ ਕਰਨਾ ਚਾਹੀਦਾ ਹੈ ਅੱਗੇ ਆਪਾਂ ਵੇਖਦੇ ਹਾਂ ਪਹਿਲਾ ਇੱਕ 10 ਦੀ ਪੋਥੀ ਅਧਿਆਇ 25 ਦੇ ਵਿੱਚ ਦਾਊਦ ਆਸਾਫ ਹੇਮਾਨ ਅਤੇ ਯਦੂਤੂਨ ਦੇ ਕਰਦਿਆਂ ਨੂੰ
ਪਰਮੇਸ਼ਰ ਦੇ ਉਸ ਪਵਨ ਦੇ ਸੇਵਾ ਲਈ ਤਪ ਰਿਹਾ ਹੈ। ਉਹਨਾਂ ਨੂੰ ਖਾਸ ਕਰਕੇ ਪਰਮੇਸ਼ਰ ਦੀ ਉਪਾਸਨਾ ਦੇ ਲਈ ਮਹਿਮਾ ਗਾਉਣ ਦੇ ਲਈ ਤਪ ਰਿਹਾ ਹੈ। ਉਹ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਚੈਨੀਆਂ, ਕਈ ਪ੍ਰਕਾਰ ਦੀਆਂ ਆਵਾਜ਼ਾਂ ਅਤੇ ਬਰਬਤਾਂ ਨੂੰ ਵਜਾਉਣ ਦੇ ਲਈ ਜ਼ਿੰਮੇਵਾਰੀ ਸੌਂਪਦਾ ਹੈ। ਜਿਵੇਂ ਉਹਨਾਂ ਨੂੰ ਦਾਊਦ ਜ਼ਿੰਮੇਵਾਰੀ ਸੌਂਪਿਆ, ਉਹਦੇ ਅਨੁਸਾਰ ਗੁਣਾ ਪਾ ਕੇ ਸਾਰੇ ਬਾਰੀ ਲਗਾ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਉਹਨਾਂ ਸਭਨਾਂ ਦੇ ਨਾਮ ਵੀ ਇਸ ਅਧਿਆਇ ਦੇ ਵਿੱਚ ਦਿੱਤਾ ਜਾ ਰਿਹਾ ਹੈ। ਅੱਗੇ ਆਪਾਂ ਵੇਖਦੇ ਹਾਂ ਨਹਿਮੀਆ ਦੀ ਕਿਤਾਬ ਅਧਿਆਇ 4 ਦੇ ਵਿੱਚ ਹਾਕਮ ਨਹਿਮੀਆ ਦੇ ਅਗਵਾਈ ਹੇਠ ਜਦ ਜਰੂਸਲੇਮ ਸ਼ਹਿਰ ਦਾ ਕੰਧ ਬਣਾਇਆ ਜਾਂਦਾ, ਉਦੋਂ ਸਨਬਲਾਤ, ਤੋਬੀਆ ਅਤੇ ਕਈ ਅਮੋਨੀਆ ਉਹਦੇ ਖਿਲਾਫ ਖੜੇ ਹੋ ਜਾਂਦੇ ਅਤੇ ਉਹ ਚਾਹੁੰਦੇ ਉਸ ਕੰਧ ਬਣਾਉਣ ਵਾਲੇ ਖੰਭ ਨੂੰ ਰੋਕੀਏ, ਨਾਲ ਜਿਹੜੇ ਅਸਰੀ ਤੋਂ ਮੁੜ ਆ ਕੇ ਇਹਨਾਂ ਕੰਮਾਂ ਵਿੱਚ ਲੱਗੇ ਨੇ ਉਹਨਾਂ ਉੱਤੇ ਚੜਾਈ ਕਰੀਏ। ਜਦ 10 ਵਾਰ ਇਹਨਾਂ ਨੂੰ ਉਹ ਖਬਰ ਪਹੁੰਚ ਜਾਂਦਾ, ਇਸ ਕਾਰਨ ਉਹ ਉਹਨਾਂ ਤੋਂ ਬਚਣ ਲਈ ਸਾਰਿਆਂ ਨੂੰ ਨਹਿਮੀਆ ਹੁਕਮ ਦਿੰਦਾ ਹੈ ਕਿ ਸਾਰੇ ਆਪਣੇ ਇੱਕ ਹੱਥ ਦੇ ਵਿੱਚ ਵਰਜੀ ਨੂੰ ਰੱਖ ਲਵੇ, ਤਲਵਾਰ ਨੂੰ ਰੱਖ ਲਵੇ ਅਤੇ ਇੱਕ ਹੱਥ ਨਾਲ ਜਰੂਸਲੇਮ ਦੇ ਉਸ ਦੀਵਾਰ ਨੂੰ ਬਣਾਵੇ। ਤੁਸੀਂ ਜਦ ਵੀ ਤੁਹਾਡੇ ਖਿਲਾਫ ਵਿਰੋਧੀ ਆਵੇ, ਤੁਸੀਂ ਆਪਣੇ ਲਈ, ਹਰ ਕੋਈ ਆਪਣੇ ਆਪਣੇ ਤੀਵੀ ਲਈ, ਆਪਣੇ ਆਪਣੇ ਬੱਚਿਆਂ ਲਈ ਲੜਨ, ਤਾਂ ਕਿ ਇਸ ਪ੍ਰਕਾਰ ਆਪਾਂ ਕੰਮ ਵੀ ਕਰਕੇ ਅਤੇ ਪਰਮੇਸ਼ਰ ਦੇ ਉਸ ਸ਼ਹਿਰ ਦੇ ਕੰਧ ਨੂੰ ਵੀ ਬਣਾ ਸਕੇ। ਜਿਸ ਪ੍ਰਕਾਰ ਉਹਨਾਂ ਨੂੰ ਆਗਿਆ ਦਿੱਤੀ ਜਾਂਦੀ ਹੈ ਉਹ ਉਸੇ ਪ੍ਰਕਾਰ ਕਰਦੇ। ਨਾਲੇ ਨਹਿਮੀਆ ਪਰਮੇਸ਼ਰ ਦੇ ਸਨਮੁਖ ਜਾ ਕੇ ਦੁਆ ਕਰਦਾ ਤਾਂ ਕਿ ਪਰਮੇਸ਼ਰ ਉਹਨਾਂ ਨੂੰ ਦ੍ਰਿੜ ਅਤੇ ਸਮਰਤ ਦੇਵੇ ਇਹਨਾਂ ਸਾਰੇ ਵਿਰੋਧੀਆਂ ਨੂੰ ਸਾਹਮਣਾ ਕਰਕੇ ਇਸ ਕੰਧ ਨੂੰ ਚੰਗੀ ਤਰ੍ਹਾਂ ਬਣਾ ਸਕੇ। ਸੋ ਉਹਦੇ ਅਨੁਸਾਰ ਹੀ ਸਾਰਾ ਕੰਮ ਇਸ ਅਧਿਆਇ ਦੇ ਵਿੱਚ ਚੱਲਦੇ ਹੋਏ ਆਪਾਂ ਵੇਖਦੇ ਹਾਂ। ਅੱਗੇ ਆਪਾਂ ਨਹਿਮੀਆ ਦੀ ਕਿਤਾਬ ਅਧਿਆਇ 5 ਦੇ ਵਿੱਚ ਵੇਖਦੇ ਹਾਂ। ਜਦ ਨਹਿਮੀਆ ਯਰੂਸਲੇਮ ਉਸ ਸ਼ਹਿਰ ਉੱਤੇ 12 ਸਾਲ ਹਾਕਮ ਬਣ ਕੇ ਰਹਿੰਦਾ ਸੀ, ਉਦੋਂ ਲੋਕ ਨਹਿਮੀਆ ਨੂੰ ਆਖਦੇ ਕਿ ਅਸੀਂ ਆਪਣੇ ਹੀ ਗਰੀਬੀ ਹਾਲਤ ਦੇ ਵਿੱਚ ਸਾਡੇ ਅੰਨ ਲਈ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਆਪਣੇ ਹੀ ਸਕਿਆਂ ਕੋਲ ਗਿਰਵੀ ਬਣਾ ਕੇ ਰੱਖਿਆ ਹੈ। ਇਸ ਪ੍ਰਕਾਰ ਜਦ ਉਹ ਸੁਣਦਾ ਹੈ, ਨਾਲ ਦੀ ਨਾਲ ਸਾਰਿਆਂ ਨੂੰ ਬੁਲਾ ਕੇ ਉਹ ਚਿੜਕਦਾ, ਨਾਲੇ ਸਾਰੇ ਜਾਜਕਾਂ ਨੂੰ ਬੁਲਾ ਕੇ ਲੋਕਾਂ ਤੋਂ ਸੋ ਖਵਾਉਂਦਾ ਹੈ ਕਿ ਤੁਸੀਂ ਮੁੜ ਕੇ ਅਹੋ ਜਿਹਾ ਕੰਮ ਕਦੇ ਨਹੀਂ ਕਰਨਾ, ਆਪਣੇ ਸਖਿਆਂ ਨੂੰ ਆਪਾਂ ਗੁਲਾਮੀ ਕਦੇ ਨਹੀਂ ਬਣਾਉਣਾ, ਇਹ ਆਪਣੇ ਵਿਵਸਥਾ ਤੋਂ ਖਿਲਾਫ ਹਨ। ਇਹਨਾਂ ਗੱਲਾਂ ਨੂੰ ਉਹ ਲੋਕਾਂ ਨੂੰ ਸਿਖਾ ਕੇ ਅਤੇ ਕਹਿੰਦਾ ਹੈ ਕਿ ਆਪਾਂ ਆਪਣੇ ਲੋਕਾਂ ਉੱਤੇ ਬਰਾਬਰੀ ਕਰੀਏ, ਨਾਲ ਉਹ ਆਪਣੇ ਤਨ ਨੂੰ ਲੋਕਾਂ ਨੂੰ ਦਿੰਦਾ ਹੈ, ਨਾ ਕਿ ਲੋਕਾਂ ਦੇ ਤਨ ਨੂੰ
ਲੁੱਟਣ ਵਾਲਾ ਇੱਕ ਹਾਕਮ ਬਣ ਕੇ ਨਹਿਮੀਆ ਰਹਿੰਦਾ ਹੈ। ਉਹ ਸਦਾ ਇਸਰਾਇਲੀ ਲੋਕਾਂ ਲਈ ਭਲਾਈ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਸੋ ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪ੍ਰਭੂ ਆਪਾਂ ਨੂੰ ਸਿਖਾਉਂਦਾ ਹੈ ਕਿ ਆਪਾਂ ਸਦਾ ਆਪਣੇ ਸਖੀਆਂ ਨਾਲ ਭਲਾਈ ਹੀ ਕਰੀਏ, ਨਾਲ ਆਪਣੇ ਵਿਰੋਧੀਆਂ ਨੂੰ ਸਾਹਮਣਾ ਕਰਨ ਲਈ ਸਦਾ ਦੁਆ ਪ੍ਰਾਰਥਨਾ ਦੇ ਰਾਹੀਂ ਕੰਮ ਕਰਦੇ ਹੋਏ ਖੜੇ ਰਹੇ, ਉਹਨਾਂ ਤੋਂ ਡਰ ਕੇ ਪਰਮੇਸ਼ਰ ਦੇ ਉਸ ਕੰਮ ਤੋਂ ਪਿੱਛੇ ਨਾ ਹੋਵੇ। ਉਸੇ ਪ੍ਰਕਾਰ ਪਰਮੇਸ਼ਰ ਦੀ ਮਹਿਮਾ ਕਰਨ ਦੇ ਵਿੱਚ ਬਾਰੀ ਲਗਾ ਕੇ ਜੋ ਕਰਨਾ ਹੈ ਉਸ ਨੂੰ ਕਰਦੇ ਰਹਿਣਾ ਹੈ, ਉਸ ਤੋਂ ਉਰਾ ਪਰਾਂ ਨਹੀਂ ਹੋਣਾ ਚਾਹੀਦਾ ਹੈ। ਚਾਹੇ ਵੇਰੀ ਦੁਸ਼ਮਣ ਤੁਹਾਡੇ ਖਿਲਾਫ ਆਵੇ ਤਾਂ ਵੀ ਤੁਸੀਂ ਉਸ ਕੰਮ ਤੋਂ ਨਹੀਂ ਰੁਕਣਾ ਚਾਹੀਦਾ ਹੈ। ਸੋ ਪ੍ਰਭੂ ਦੇ ਪਿਆਰਿਓ, ਭਲਿਆਈ ਨੂੰ ਪਾਉਣ ਦੇ ਲਈ ਤੁਸੀਂ ਆਪਣੇ ਸਖੀਆਂ ਨਾਲ ਭਲਿਆਈ ਕਰੋ ਅਤੇ ਪਰਮੇਸ਼ਰ ਦੇ ਉਸ ਕੰਮ ਨੂੰ ਕਿਸੇ ਵੀ ਕਾਰਨ ਨਾ ਛੱਡੋ। ਪ੍ਰਭੂ ਤੁਹਾਨੂੰ ਇਹਨਾਂ ਸਾਰੇ ਬਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗੋਡ ਬਲੈਸ ਯੂ।